ਪਰ ਜੇ ਤੁਸੀਂ ਚਾਹੁੰਦੇ ਹੋ ਕਿ ਨੈਤਿਕਤਾ ਵੀ ਤੁਹਾਡੇ ਬੱਚਿਆਂ ਦੇ ਅੰਦਰ ਬਣੀ ਰਹੇ, ਬਚੀ ਰਹੇ ਔਰ ਉਹ ਜੁੜੇ ਰਹਿਣ ਆਪਣੀ ਕਿਤੇ ਨਾ ਕਿਤੇ ਅਖਲਾਕ ਦੇ ਨਾਲ ਜੁੜਿਆ ਨਾ, ਅਖਲਾਕ ਉਹਨਾਂ ਦਾ ਬਚਿਆ ਰਹੇ, ਤਾਂ ਤੁਹਾਨੂੰ ਚਾਹੀਦਾ ਕਿ ਇਸ ਤਰ੍ਹਾਂ ਦਾ ਆਪਣਾ ਅਮੀਰ ਵਿਰਸਾ ਉਹਨਾਂ ਨੂੰ ਜ਼ਰੂਰ ਦੱਸੋ। ਪਰ ਇਹੋ ਜਿਹੀ ਫਿਲਮ ਦਾਸਤਾਨ ਏ ਸਰਹੰਦ ਵਰਗੀ ਦਿਖਾ ਕੇ ਤੁਹਾਨੂੰ ਲੱਗੇਗਾ ਕਿ ਤੁਸੀਂ ਆਪਣੇ ਬੱਚਿਆਂ 'ਤੇ ਇੱਕ ਪਰਉਪਕਾਰ ਕੀਤਾ। ਸਿੰਪਲ ਪੇਰੈਂਟਿੰਗ ਨਹੀਂ ਹੈ, ਪਰਉਪਕਾਰ। ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਲੋਕਾਂ ਦੀ ਗਲਤੀ ਹੈ, ਲੋਕਾਂ ਦੀ ਕੁਤਾਹੀ ਹੈ ਕਿ ਲੋਕਾਂ ਤੁਸੀਂ ਆਪਣੇ ਬੱਚਿਆਂ ਨੂੰ ਚਾਹੁੰਦੇ ਹੋ ਕਿ ਉਹ ਦੇਖਣ ਸਿਨੇਮਾ ਉੱਦਾਂ ਦਾ ਦੇਖਣ ਜਾਂ ਉੱਦਾਂ ਦੇ ਸੀਰੀਜ਼ ਦੇਖਣ, ਉੱਦਾਂ ਦੀਆਂ ਚੀਜ਼ਾਂ ਦੇਖਣ ਜਿਹੜੀਆਂ ਤੁਹਾਡੇ ਬੱਚਿਆਂ ਨੂੰ ਅਨੈਤਿਕਤਾ ਸਿਖਾਉਂਦੀਆਂ ਨੇ ਜੀ, ਜਿਨ੍ਹਾਂ ਦੇ ਵਿੱਚ ਗਾਲਾਂ ਕੱਢੀਆਂ ਹੁੰਦੀਆਂ ਮੋਟੀਆਂ ਮੋਟੀਆਂ, ਔਰ ਤੁਸੀਂ ਗੰਦੇ ਸੀਨਸ ਐਸੇ ਆਉਂਦੇ ਨੇ ਕਿ ਤੁਹਾਨੂੰ ਸ਼ਰਮਸਾਰ ਕਰ ਦਿੰਦੇ ਨੇ। ਤੁਹਾਡੇ ਬੱਚੇ ਉਹ ਤਾਂ ਦੇਖ ਹੀ ਰਹੇ ਨੇ ਆਪਣੇ ਆਪਣੇ ਮੋਬਾਈਲਾਂ 'ਤੇ ਜੀ, ਜਾਂ ਤੁਸੀਂ ਜਦੋਂ ਚਲੇ ਜਾਂਦੇ ਹੋ ਕੰਮ 'ਤੇ ਤਾਂ ਉਹਨਾਂ ਕੋਲ ਟੀ ਵੀ 'ਤੇ ਜੋ ਮਰਜ਼ੀ ਲਾ ਕੇ ਦੇਖਣ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਨੈਤਿਕਤਾ ਵੀ ਤੁਹਾਡੇ ਬੱਚਿਆਂ ਦੇ ਅੰਦਰ ਬਣੀ ਰਹੇ, ਬਚੀ ਰਹੇ ਔਰ ਉਹ ਜੁੜੇ ਰਹਿਣ ਆਪਣੀ ਕਿਤੇ ਨਾ ਕਿਤੇ ਅਖਲਾਕ ਦੇ ਨਾਲ ਜੁੜਿਆ ਨਾ, ਅਖਲਾਕ ਉਹਨਾਂ ਦਾ ਬਚਿਆ ਰਹੇ, ਤਾਂ ਤੁਹਾਨੂੰ ਚਾਹੀਦਾ ਕਿ ਇਸ ਤਰ੍ਹਾਂ ਦਾ ਆਪਣਾ ਅਮੀਰ ਵਿਰਸਾ ਉਹਨਾਂ ਨੂੰ ਜ਼ਰੂਰ ਦੱਸੋ। ਔਰ ਤੁਹਾਡੇ ਕੋਲ ਜਦੋਂ ਐਡਾ ਮਤਲਬ ਸਿਨੇਮੇ ਵਰਗਾ ਵੱਡਾ ਮੀਡੀਅਮ ਤੁਹਾਡੇ ਕੋਲ ਹੈ ਕਿ ਤੁਹਾਡੀ ਪੇਰੈਂਟਿੰਗ 'ਚ ਜਿੱਥੇ ਕਮੀ ਰਹਿ ਗਈ, ਜਿਹੜਾ ਇਤਿਹਾਸ ਤੁਸੀਂ ਨਹੀਂ ਦੱਸ ਸਕੇ, ਸਿਨੇਮਾ 2 ਘੰਟੇ ਦੀ ਫਿਲਮ ਤੁਹਾਡੀ ਹੈਲਪ ਕਰ ਸਕਦੀ ਹੈ, ਤਾਂ ਤੁਹਾਨੂੰ ਜ਼ਰੂਰ ਬੱਚਿਆਂ ਨੂੰ ਇਸ ਮੀਡੀਅਮ ਦੇ ਨਾਲ ਜੋੜਨਾ ਚਾਹੀਦਾ। ਔਰ ਇਹੋ ਜਿਹੀ ਫਿਲਮ ਦਾਸਤਾਨ ਏ ਸਰਹੰਦ ਵਰਗੀ ਦਿਖਾ ਕੇ ਤੁਹਾਨੂੰ ਲੱਗੇਗਾ ਕਿ ਤੁਸੀਂ ਆਪਣੇ ਬੱਚਿਆਂ 'ਤੇ ਇੱਕ ਪਰਉਪਕਾਰ ਕੀਤਾ। ਸਿੰਪਲ ਪੇਰੈਂਟਿੰਗ ਨਹੀਂ ਹੈ, ਪਰਉਪਕਾਰ। ਆਖਰੀ ਸਵਾਲ ਹੈ ਕਿਉਂਕਿ ਸਰ ਕਿ ਇਸ ਵਾਰੀ ਜਿਹੜਾ ਫਿਲਮ ਦੇ ਵਿੱਚ ਕੁਝ ਨਵਾਂ ਇਹ ਹੈਗਾ ਕਿ ਲਾਈਵ ਕੈਰੈਕਟਰਸ ਵੀ ਨੇ ਔਰ ਅੱਜ ਦੇ ਸਮੇਂ ਦੇ ਨਾਲ ਜੋੜਿਆ ਗਿਆ ਜੋ ਕਿ ਪੁਰਾਣੇ ਇਤਿਹਾਸ ਨੂੰ ਵੀ, ਸੋ ਉਸ ਵਿਲੱਖਣ ਕੋਸ਼ਿਸ਼ ਦੇ ਬਾਰੇ ਦੇ ਵਿੱਚ ਕੀ ਕਹੋਗੇ, ਕਿਉਂਕਿ ਲੋਕ ਕਈ ਵਾਰ ਸੋਚਦੇ ਨੇ ਕਿ ਐਨੀਮੇਟਿਡ ਫਿਲਮ ਹੈ ਬਟ ਰੀਅਲ ਕੈਰੈਕਟਰਸ ਵੀ। ਹਾਂ, ਜਦੋਂ ਲੋਕ ਸਾਡਾ ਹੁਣ ਟ੍ਰੇਲਰ ਦੇਖਣਗੇ ਜਿਹੜਾ ਅੱਜ ਅਸੀਂ ਰਿਲੀਜ਼ ਕੀਤਾ, ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਸਿਰਫ ਐਨੀਮੇਟਿਡ ਮੂਵੀ ਨਹੀਂ ਹੈ, ਲਾਈਵ ਕੈਰੈਕਟਰਸ ਇਹਦੇ ਵਿੱਚ ਕੰਮ ਕਰ ਰਹੇ ਨੇ ਔਰ ਪੁਰਾਣਾ ਸਮਾਂ ਔਰ ਅੱਜ ਦੇ ਸਮੇਂ ਨੂੰ ਅਸੀਂ ਜੋੜਿਆ ਕਿਵੇਂ ਹੈ, ਇਹ ਇਸ ਫਿਲਮ ਦੀ ਖੂਬਸੂਰਤੀ ਹੈ ਜੀ ਕਿ ਅੱਜ ਅਸੀਂ ਜਿਹੜਾ ਮਾਰਗ ਦਰਸ਼ਨ ਸਾਡਾ ਕਰਕੇ ਗਏ ਨੇ ਸਾਡੇ ਮਹਾਂਪੁਰਖ, ਉਸ ਮਾਰਗ 'ਤੇ ਅਸੀਂ ਕਿ ਸਾਡਾ ਦਰਸ਼ਨ ਹੀ ਬਦਲ ਗਿਆ, ਮਾਰਗ ਹੋਰ ਪਾਸੇ ਰਹਿ ਗਿਆ, ਸਾਡਾ ਦਰਸ਼ਨ ਹੋਰ ਪਾਸੇ ਹੈ, ਉਹ ਇਹ ਫਿਲਮ ਹੈ ਬਸ, ਉਸ ਕਾਨਸੈਪਟ। ਮਿਹਰਬਾਨੀ ਸਰ, ਸ਼ੁਕਰੀਆ।